ਤੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ ਤੇ ਬੰਬੇ। ਠੀਕ ਆ ਬਾਈ, ਪਹੁੰਚ ਗਏ। ਸਵੇਰ ਦਾ ਸਮਾਂ ਕਿੰਨਾ ਹੋ ਗਿਆ? ਪੌਣੇ ਅੱਠ, ਪੌਣੇ ਅੱਠ, ਪੌਣੇ ਅੱਠ ਦਾ ਸਮਾਂ ਹੋ ਗਿਆ। ਸਾਢੇ ਸੱਤ ਹੋਏ ਆ। ਲੈ ਬਈ, ਸੂਰਜ ਦੇਵਤਾ ਦੇ ਦਰਸ਼ਨ ਹੋ ਗਏ। ਆਹ ਆਪਣਾ ਸਮਾਨ ਪਿਆ। ਹਾਂ ਸ਼ਿਵਾਜੀ ਆ ਜਾ ਬਾਈ, ਵੈਲਕਮ ਇਨ ਮਹਾਰਾਸ਼ਟਰ। ਸਾਰੀ ਰੇਲ ਦਾਦਰ ਵਿਹਲੀ ਹੋਊਗੀ ਹਨਾ, ਇੱਥੇ ਆਉਂਦੇ ਨੂੰ ਕੁਛ ਵੀ ਨੀ, ਆਪਾਂ ਹੀ ਉਤਰੇ ਇਹ ਚੋਂ ਇੱਥੇ। ਬਾਈ ਜੀ ਸਤਿ ਸ਼੍ਰੀ ਅਕਾਲ। ਹੋਰ ਠੀਕ ਹੋ ਜੀ? ਚੜ੍ਹਦੀ ਕਲਾ ਚ ਆ ਰੇਲ ਤੋਂ ਉਤਰੇ ਆਪਾਂ, ਪੰਜਾਬ ਮੇਲ 12137 ਛਤਰਪਤੀ ਸ਼ਿਵਾਜੀ ਟਰਮੀਨਲ। ਆਪਾਂ ਇੱਥੋਂ ਜਾਈ ਜਾਂਦੇ ਹਾਂ ਹੁਣ ਪਾਰਸਲ ਘਰ ਵੱਲ ਨੂੰ, ਅਤੇ ਉੱਥੇ ਜਾ ਕੇ ਆਪਣੇ ਸਾਈਕਲ ਲਵਾਂਗੇ। ਸਾਈਕਲ ਲੈ ਕੇ ਫਿਰ ਸਮਾਨ ਧਰ ਕੇ ਫਿਰ ਆਪਾਂ ਬੰਬੇ ਦੇ ਗੇੜੇ ਦੇਵਾਂਗੇ। ਠੀਕ ਆ ਭਾਜੀ? ਚਾਕੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਅੱਜ ਤਰੀਕ 7 ਨਵੰਬਰ 2022 ਅਤੇ ਆਪਾਂ ਖੜ੍ਹੇ ਹਾਂ CMST ਬੰਬੇ ਸ਼ਿਵਾਜੀ ਟਰਮੀਨਲ, ਛਤਰਪਤੀ ਟਰਮੀਨਲ ਦੱਸਤਾ। ਅਤੇ ਹੁਣ ਆਪਾਂ ਇੱਥੋਂ ਸਾਈਕਲ ਚੱਕਣ ਤੋਂ ਬਾਅਦ ਪਾਰਸਲ ਘਰ ਦੇ ਵਿੱਚ ਆਪਣੇ ਸਾਈਕਲ ਪਏ ਆ, ਸਾਈਕਲ ਚੱਕਾਂਗੇ। ਸਾਈਕਲ ਚੱਕ ਕੇ ਫਿਰ ਆਪਾਂ ਨੇੜੇ ਤੇੜੇ ਗੇੜੇ ਦੇਵਾਂਗੇ। ਆਪਾਂ ਸਮੁੰਦਰ ਦੇ ਨੇੜੇ ਤੇੜੇ ਦੇ ਹਾਂ, ਅਤੇ ਜਾਂ ਇਹ ਵੀ ਕਹਿ ਸਕਦੇ ਹਾਂ ਬਈ ਭਾਰਤ ਦੀ ਜਿਹੜੀ ਭੂ ਮੱਧ ਰੇਖਾ ਉਹਦੇ ਨੇੜੇ ਤੇੜੇ ਤਾਂ ਕਰਕੇ ਇੱਥੇ ਥੋੜ੍ਹੀ ਜਿਹੀ ਗਰਮੀ ਆ, ਜਿਵੇਂ ਪੰਜਾਬ 'ਚ ਠੰਡ ਆ, ਹੁਣ ਆਪਾਂ ਇੱਧਰ ਗਰਮੀ ਗਰਮੀ 'ਚ ਰਵਾਂਗੇ ਸਾਊਥ ਇੰਡੀਆ ਵਿੱਚ। ਠੀਕ ਆ ਭਾਅ ਜੀ? ਲੈ ਬਈ, ਅੱਜ ਵੀ ਲਏ ਪੈਸੇ? ਹਾਂ, ਪੰਜਾਬ ਮੇਲ ਦੇ ਨਾਲ ਇੱਕ ਪਾਰਸਲ ਡੱਬਾ ਹੁੰਦਾ, ਉਹ ਡੱਬੇ ਦੇ ਵਿੱਚ ਸਾਰਾ ਸਮਾਨ ਰੱਖਦੇ ਆ, ਜਿਵੇਂ ਆਪਣੇ ਸਾਈਕਲ ਰੱਖੇ ਗਏ, ਮੋਟਰਸਾਈਕਲ ਸਕੂਟਰੀਆਂ ਲਪੇਟ ਕੇ ਰੱਖ ਦਿੰਦੇ ਹੁੰਦੇ ਆ। ਅਤੇ 6 ਘੰਟੇ ਇਹਨਾਂ ਕੋਲ ਸਮਾਨ ਆਪਣਾ ਫ੍ਰੀ ਪਿਆ ਰਹਿੰਦਾ, ਉਦੋਂ ਬਾਅਦ 1 ਘੰਟੇ ਦੇ 10 ਰੁਪਏ ਲੈਂਦੇ ਆਪਣੇ ਤੋਂ, 420 ਰੁਪਏ ਲੈ ਗਏ ਬਈ ਦੋਵਾਂ ਸਾਈਕਲਾਂ ਦੇ। ਵਾਹ ਪੈਸੇ, ਆਪਣਾ ਪਾਰਸਲ ਇੱਕ ਸੀ ਨਾ ਇਹ। ਅੱਛਾ, 1 ਪਾਰਸਲ ਦੇ ਪੈਸੇ ਪਏ ਫਿਰ ਆਪਾਂ ਨੂੰ? 1 ਪਾਰਸਲ ਦਾ 420 ਰੁਪਏ ਵਾਧੂ ਪੈ ਗਏ ਆਪਾਂ ਨੂੰ, ਸਾਰਾ ਦਿਨ ਆ ਗਿਆ, ਰਾਤ ਨਾ ਗਿਆ, ਸਵੇਰੇ ਫੜ ਲਏ ਆਪਾਂ, 24 ਘੰਟੇ ਪੈ ਗਏ ਫਿਰ। ਹੋਰ ਆਏ ਸੌਖੇ ਆਪਾਂ, ਐਤਕੀ ਆਪਾਂ ਨੂੰ ਵੱਲ ਆ ਗਿਆ ਹੁਣ। ਹਾਂ, ਇਹ ਕਮਰ ਤਾਂ ਐਂ ਕਰ ਵੀਰੇ, ਬੈਗ ਲਿਆਉਣ ਤੋਂ ਪਹਿਲਾਂ ਕੈਰੀਅਰਾਂ ਤੇ ਲੱਕੀ ਮਾਰ ਲਾ ਸਾਰੇ ਨਟਾਂ ਦੇ। ਆਪਾਂ ਯਾਰ ਐਂ, ਪਰ ਨਟ ਨਹੀਂ ਆਪਣੇ ਕੋਲ, ਆਪਾਂ ਗਲਤੀ ਕਰ ਗਏ, ਇੱਕ ਨਟ ਲਿਆਂਦੇ ਆ, ਫਿਰ ਆਹ ਡਬਲ ਡਬਲ ਕਰਨਾ, ਪਰ ਸਿੰਗਲ ਤਾਂ ਕਿਹਨੂੰ ਮੰਗਾ ਮਾਰਨਾ, ਮੱਥਾ ਮਾਰਨਾ ਆਪਾਂ। ਹਾਂ, ਹੋਰ ਇਹ ਲੱਕੀ ਕੱਢ ਦੋਵੇਂ। ਜਿਹੜਾ ਵੀ ਆਪਣਾ ਪਾਰਸਲ ਹੁੰਦਾ, ਪਾਰਸਲ ਔਨਲਾਈਨ ਸਕੈਨ ਸਕੂਨ ਹੋ ਗਿਆ, ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿੱਥੇ ਪਹੁੰਚ ਗਿਆ ਬਲਦੇਵ ਸਿੰਘ। ਠੀਕ ਆ, ਅਤੇ ਨਾਲ ਇੱਕ ਸਲੇਟ ਲਾ ਦਿੰਦੇ ਆ ਅਤੇ ਆ ਪਰਚੀ। ਆਪਣੇ ਸਾਈਕਲ ਆਪਣੇ ਹੱਥ ਲੱਗ ਗਏ, ਸਮਾਨ ਟੰਗ ਕੇ ਹੁਣ ਆਪਾਂ ਰਵਾਨਗੀ ਕੀਤੀ ਇੱਥੋਂ। ਝੱਗੇ ਅਰਕੀ ਆਹ ਬਣਾਏ ਆ, ਪੰਜਾਬੀ 'ਚ ਵੀ ਲਿਖਾਇਆ ਅਤੇ ਅੰਗਰੇਜ਼ੀ ਵਾਲਾ ਵੀ ਆ। ਹੁਣ ਆਪਾਂ ਗੇਟਵੇ ਆਫ ਇੰਡੀਆ ਵੱਲ ਨੂੰ ਜਾਵਾਂਗੇ। ਮਾੜਾ ਜਿਹਾ ਪੁੱਛਦੇ ਹਾਂ ਵੀ ਰੇਲਵੇ ਸਟੇਸ਼ਨ 'ਚੋਂ ਬਾਹਰ ਨਿਕਲਣ ਦਾ ਰਾਹ ਕਿੱਧਰ ਆ? ਸਿੱਧਾ ਹੀ ਆ, ਗਾਂ ਪੌੜੀਆਂ ਪੂੜੀਆਂ। ਪਰ ਇੱਕ ਗੱਲ ਹੋਰ ਆ, ਇਹ ਜਿਹੜਾ ਹੈਗਾ ਇਹ ਰੇਲਾਂ ਗਾਂ ਜਾਂ ਖਤਮ ਹੋ ਜਾਂਦੀਆਂ, ਗਾਂ ਸਮੁੰਦਰ ਆ, ਇੱਥੋਂ ਤੱਕ ਲਾਸਟ ਸਟੇਸ਼ਨ ਆ ਇਹ, ਅਤੇ ਗਾਂ ਫਿਰ ਖੁੱਲ੍ਹੇ ਹੀ ਆ। ਬੀਸ ਕਾ ਕਿਆ ਕਰੇਗਾ ਤੂੰ? ਹੌਸਪੀਟਲ ਜਾ ਰਿਹਾ ਆ, ਫੜੀ 20 ਰੁਪਏ ਮਾਰ। ਇਹ ਆ ਮੁੰਬਈ, 2.5 ਕਿਲੋਮੀਟਰ ਦੂਰ ਆ ਇੱਥੋਂ ਗੇਟਵੇ ਆਫ ਇੰਡੀਆ, ਜਿੱਧਰ ਆਪਾਂ ਜਾਈ ਜਾਂਦੇ ਹਾਂ ਸਮੁੰਦਰ ਵੱਲ ਜਾਈ ਜਾਂਦੇ ਹਾਂ। ਸਮੁੰਦਰ ਦੇ ਝਾਕੇ ਬਾਕੇ ਦੇਖਦੇ ਹਾਂ ਇਸ ਤੋਂ ਬਾਅਦ ਆਪਾਂ, ਟ੍ਰੈਫਿਕ ਇੱਥੇ ਬਹੁਤ ਆ। ਰੇਲ 'ਚ ਪਾਰਸਲ ਕਰਾਇਆ ਸੀ ਉਹਨਾਂ ਨੇ, ਇੱਥੇ ਆਪਣਾ ਨਾਂ ਲਿਖਤਾ ਬਠਿੰਡਾ ਟੂ CMST, ਜਿਹੜਾ ਸੀਗਾ ਨੰਬਰ ਨੁੰਬਰ ਜਿਹਾ। ਆਪਾਂ ਫਿਰਦੇ ਹਾਂ ਹੁਣ ਮੁੰਬਈ ਦੇ ਟਾਊਨ ਹਾਲ ਇਲਾਕੇ 'ਚ, ਟਾਊਨ ਹਾਲ ਤੋਂ ਆਪਾਂ ਜਾਈ ਜਾਂਦੇ ਹਾਂ ਸਮੁੰਦਰੀ ਤੱਟ ਵੱਲ ਕਹਿ ਲਓ। ਇੰਡੀਆ ਦੇ ਬਹੁਤ ਸਾਰੇ ਸ਼ਹਿਰ ਦੇਖ ਲਏ ਆਪਾਂ, ਅਤੇ ਹੁਣ ਆਪਾਂ ਦੇਖੀ ਜਾਂਦੇ ਹਾਂ ਫਿਲਮ ਨਗਰੀ। ਸੋਹਣਾ ਖੈਰ ਮਾਹੌਲ, ਆਪਾਂ ਬਾਹਲੀ ਭੀੜ 'ਚੋਂ ਬਾਹਰ ਨੂੰ ਨਿਕਲ ਆਏ ਹੁਣ।
ਤੇ ਇਹ ਤੋਂ ਗਾਂ ਜਿਹੜਾ ਆਪਣਾ ਸਫ਼ਰ ਆ ਆਪਾਂ ਦੋ ਕੁ ਦਿਨ ਲਾਵਾਂਗੇ ਇੱਥੇ ਦੋ ਕੁ ਦਿਨ ਆਪਾਂ ਭੀੜ ਘੀੜ 'ਚ ਰਵਾਂਗੇ ਉਦੋਂ ਬਾਅਦ ਗੋਆ ਵਾਲੇ ਰਾਹ 'ਤੇ ਰੈਲ ਰਹੂ ਕੁਛ ਨਾ ਕੁਛ ਸੋਹਣਾ ਮਾਹੌਲ ਲੱਗੀ ਜਾਂਦਾ ਕੇਰਾ ਤਾਂ ਬਾਕੀ ਗਾਂ ਜਾ ਕੇ ਦੇਖਦੇ ਹਾਂ ਕੀ ਬਣਦਾ ਜੁੜਦਾ ਉਹ ਗੇਟ ਦੇ ਕੋਲੇ ਪਹੁੰਚ ਗਏ ਆਪਾਂ ਬਿਲਡਿੰਗਾਂ ਬੁਲਡਿੰਗਾਂ ਸਾਰਾ ਉੱਚਾ ਕੰਮ ਹੈ ਇੱਥੋਂ ਦਾ ਨਾਰੀਮਨ ਹਾਊਸ ਜਿਹੜਾ ਕੁਛ ਵੀ 26/11 ਦੇ ਹਮਲੇ 'ਚ ਹੋਇਆ ਸੀਗਾ ਉਹ ਸਾਰਾ ਕੁਛ ਇੱਥੇ ਨੇੜੇ ਨੇੜੇ ਆ ਆਰਟ ਗੈਲਰੀ ਕਈ ਕੁਛ ਆ ਜਿਹੜਾ ਆਪਾਂ ਇੱਥੇ ਨੇੜੇ ਨੇੜੇ ਦੇਖਾਂਗੇ ਇੰਡੀਆ ਗੇਟ ਦੇ ਗੇਟਵੇ ਆਫ ਇੰਡੀਆ ਇਹਦੀ ਪਾਰਕਿੰਗ ਇੱਧਰਲੇ ਪਾਸੇ ਕਰਦੇ ਹਾਂ ਸਾਈਕਲਾਂ ਦੀ ਕਿਤੇ ਇਹ ਦੇਖਦੇ ਹਾਂ ਕਿੱਥੇ ਹੁੰਦੀ ਆ ਦੇਵ ਕਿੱਥੇ ਗਿਆ ਸੀ ਪਾਰਕਿੰਗ ਬਾਹਰ ਠੱਲਣੇ ਪੈਣਗੇ ਆਪਾਂ ਨੂੰ ਗੇਟ ਦੇਖ ਕੇ ਜਿੰਦਾ ਲਾ ਦਾਂਗੇ ਫਿਰ ਉੱਥੇ ਆਹ ਇੱਥੋਂ ਦੀ ਖਾਸ ਬਿਲਡਿੰਗ ਆ ਤਾਜ ਤਾਜ ਹੋਟਲ ਆ ਇਹਦੇ ਬਾਰੇ ਕਿਸੇ ਨੂੰ ਦੱਸਣ ਪੁੱਛਣ ਦੀ ਲੋੜ ਨਹੀਂ ਕਾਹਦੇ ਲਈ 26/11 ਸਭ ਤੋਂ ਵੱਡਾ ਟਾਰਗੇਟ ਇਹ ਬਣਿਆ ਸੀ ਪ੍ਰੇਮ ਰਾਮਚੰਦਰ ਮਾਰਗ ਆਓ ਸਾਹਮਣੇ ਗੇਟਵੇ ਆਫ ਇੰਡੀਆ ਨੇੜੇ ਨੂੰ ਦੇਖਦੇ ਹਾਂ ਜਾ ਕੇ ਆਪਾਂ ਤਾਜ ਹੋਟਲ ਆ ਹਜੇ ਅਸੀਂ ਬੁਰਚ ਬਰਚ ਕਰਨਾ ਨਹਾਤੇ ਵੀ ਨਹੀਂ ਖਾ ਸੀ ਜਦੋਂ ਚੜੇ ਹਾਂ ਪੰਜਾਬ ਤੋਂ ਹੈ ਕਮਰਾ ਪੁੱਛ ਗਿਆ ਆਪਾਂ ਇਹਨਾਂ ਨੂੰ ਚੱਲ ਬੁਰਚ ਬਰਚ ਤਾਂ ਕਰ ਦੇਣਗੇ ਹੀ ਦਰੀ ਸਿੱਟ ਲਾਂਗੇ ਬਾਹਰ ਅਸੀਂ ਇੱਧਰ ਸਾਹਮਣੇ ਸਮੁੰਦਰ ਅਰੇਬੀਅਨ ਸੀ ਉਹ ਸਾਹਮਣੇ ਆ ਗਿਆ ਕੀ ਨਾਂ ਲੈਂਦੇ ਆ ਤਾਂ ਜਰਦਾ ਮਿਲ ਜਾਂਦਾ ਪਰੇ ਹੈਗਾ ਆਪਣਾ ਉਹ ਗੇਟਵੇ ਆਫ ਇੰਡੀਆ ਇੱਧਰ ਹੋਟਲ ਦੇ ਵਿੱਚ 20,000 ਰੁਪਏ ਦਾ ਕਮਰਾ ਦਿੰਦੇ ਆ ਅਤੇ ਆਹ ਪੁਲਿਸ ਵਾਲੇ ਨੂੰ ਪੁੱਛਿਆ ਕਹਿੰਦਾ ਉੱਧਰ 500-700 'ਚ ਮਿਲ ਜੂਗਾ ਤੁਸੀਂ ਨਹਾ ਨੂੰ ਲਓ ਹੁਣ ਆਪਾਂ ਆਪਦੇ ਹਿਸਾਬ ਨਾਲ ਉੱਧਰੋਂ ਚੱਲੇ ਹਾਂ ਇਹ ਜਿਹੜਾ ਤਾਜ ਹੋਟਲ ਆ ਇਹਦੀ ਪੂਰੀ ਚੇਨ ਆ ਇਹ ਦੱਸਦੇ ਵੀ 1909 ਦਾ ਬਣਿਆ ਵਾ ਇਕੱਲੇ ਇੰਡੀਆ 'ਚ ਨਹੀਂ ਹੋਰ ਦੇਸ਼ਾਂ ਵਿੱਚ ਵੀ ਇਹਨਾਂ ਦੇ ਹੋਟਲ ਹੈਗੇ ਤਾਜ ਗਰੁੱਪ ਦੇ ਤਾਜ ਮਹਿਲ ਹੋਟਲ ਅਤੇ ਆਪਾਂ ਹੁਣ ਚੱਲਦੇ ਹਾਂ ਨਹਾਉਣ ਨੂੰ ਵਾਲੇ ਪਾਸੇ ਨੂੰ ਕਰਾਂ ਨਹਾ ਨੂੰ ਕੇ ਫਰੈਸ਼ ਹੋ ਕੇ ਸੱਜਰੇ ਜੇ ਬਣ ਕੇ ਫਿਰ ਆਪਾਂ ਨੇੜੇ ਤੇੜੇ ਗੇੜੇ ਦੇਵਾਂਗੇ ਕਿਉਂਕਿ ਇੱਥੇ ਹੀ ਨੇੜੇ ਨੇੜੇ ਬਹੁਤ ਸਾਰੀਆਂ ਥਾਵਾਂ ਜਿਹੜੀਆਂ ਦੇਖਣ ਵਾਲੀਆਂ ਨੇ ਬਲਦੇਵ ਸਿੰਘ ਗਵਾਚ ਗਿਆ ਲੱਭਣਾ ਪੈਣਾ ਇੱਥੇ ਕਲੱਬਾਂ ਦੇ ਵਿੱਚ ਆ ਕੇ ਆਪਾਂ ਆਹ ਨਿੱਕਾ ਜਿਹਾ ਕਮਰਾ ਲਿਆ ਇੱਥੇ ਹੁਣ ਨਹਾ ਧੋ ਕੇ ਓਕੇ ਰਿਪੋਰਟ ਕਰ ਲਿਆ ਕੰਮ ਅਤੇ ਹੁਣ ਆਪਾਂ ਚੱਲਦੇ ਹਾਂ ਦੇਵ ਸਿੰਘ ਗੇਟਵੇ ਆਫ ਇੰਡੀਆ ਵੀ ਦੇਖ ਲੈਂਦੇ ਅਤੇ ਆਪਾਂ ਉਹ ਮਰਾਈਨ ਡਰਾਈਵ ਵਾਲੇ ਪਾਸੇ ਵੀ ਚੱਲਦੇ ਹਾਂ ਗੇਟਵੇ ਆਫ ਇੰਡੀਆ ਮੈਂ ਕਹਿੰਦਾ ਕੱਲ੍ਹ ਨੂੰ ਦੇਖਾਂਗੇ ਆਪਾਂ ਕਾਰਨ ਇਹ ਕਿਉਂਕਿ ਐਲੀਫੈਂਟਾਂ ਕੇਬਾਂ ਬੰਦ ਅੱਜ ਗੇਟਵੇ ਆਫ ਇੰਡੀਆ ਤੋਂ ਕੱਲ੍ਹ ਨੂੰ ਆਪਾਂ ਉਹ ਦੇਖਾਂਗੇ ਠੀਕ ਆ ਸੋਮਵਾਰ ਨੂੰ ਐਲੀਫੈਂਟ ਕੇਬ ਬੰਦ ਹੁੰਦੀਆਂ ਬਾਈ ਮੁੰਬਈ ਦੇ ਇਹ ਸਾਰੇ ਇਲਾਕੇ ਨੂੰ ਕਹਿੰਦੇ ਆ ਕੋਲਾਬਾ ਆਹ ਆਪਣੇ ਸਾਈਕਲ ਖੜ੍ਹੇ ਅਤੇ ਇੱਥੇ ਇੱਕ ਨਿੱਕਾ ਜਿਹਾ ਹੋਟਲ ਆ ਖਾਣ ਪੀਣ ਵਾਲਾ ਉੱਥੇ ਚੱਲਦੇ ਹਾਂ ਕੁਛ ਖਾਣੇ ਪੀਣੇ ਆ ਆਹ ਅੰਦਰੋਂ ਇਹਦਾ ਹੋਟਲ ਆ ਫਿਲਮ ਨਗਰੀ ਆ ਅਤੇ ਇੱਥੇ ਸਾਰਾ ਕੰਮ ਆਰਟਿਸਟਿਕ ਜਾਂ ਕਲਾਕਾਰੀ ਟਾਈਪ ਗੱਲਬਾਤ ਜੀ ਆ ਉਹ ਲਿਖਿਆ ਗ੍ਰੈਵੀਟੇਸ਼ਨ ਇਜ਼ ਨੋਟ ਰਿਸਪੋਂਸੀਬਲ ਫਾਰ ਪੀਪਲ ਫਾਲਿੰਗ ਇਨ ਲਵ ਠੀਕ ਆ ਵੀਰ ਬਾਈ ਉਹਨਾਂ ਨੇ ਚਾਰ ਰੋਟੀਆਂ ਕਹਿ ਦਿੱਤੀਆਂ ਅਤੇ ਦਾਲ ਮੱਖਣੀ ਕਿਉਂਕਿ ਸਮਾਨ ਅਤੇ ਸੁੱਕ ਨਾਲ ਸਾਰਾ ਹੀ ਖਾਸਾ ਮਹਿੰਗਾ ਇਕੱਲੀਆਂ ਪਲੇਟਾਂ ਹੀ ਕਰਨੀਆਂ ਕੌਮੀਆਂ ਲਿਆ ਕੇ ਦਿੱਤੀਆਂ ਮੁੰਬਈ ਦੀ ਰੋਟੀ ਮੂੰਹ ਲੱਗੀ ਆ ਕੇ ਵੱਡੀਆਂ ਵੱਡੀਆਂ ਰੋਟੀਆਂ 60 ਦੀ ਇੱਕ ਦਿੱਤੀ ਆ ਦੇ ਭਾਅ ਜੀ ਹੁਣ ਆਪਾਂ ਚੱਲਦੇ ਹਾਂ ਮਰਾਈਨ ਡਰਾਈਵ ਵੱਲ ਸਮੁੰਦਰ ਦੇ ਨਾਲ ਨਾਲ ਆਪਾਂ ਝਾਕਾ ਬਾਕਾ ਕਰ ਲਈਏ ਸਮੁੰਦਰ ਦੇਖਣ ਵਾਲਾ ਆਪਾਂ ਕਦੇ ਦੇਖਿਆ ਵੀ ਨਹੀਂ ਚੱਜ ਨਾਲ ਨਹਾਉਣਾ ਨਹੀਂ ਨਹਾਉਣ ਵਾਲੇ ਥਾਂ 'ਤੇ ਨਹੀਂ ਆਉਣਾ ਅੱਜ ਆਪਾਂ ਗੋਏ ਨਵਾਵਾਂਗੇ ਤੈਨੂੰ ਠੀਕ ਆ ਲੂਣੇ ਪਾਣੀ ਨਾਲ ਤੇਰਾ ਪਿੰਡਾ ਖਰਾਬ ਹੋ ਜੂ ਚਮੜੀ ਖਰਾਬ ਹੋ ਜੂ ਤੇਰੀ ਚੱਲ ਫਿਰ ਬੰਬੇ 'ਚ ਵੀ ਆਵਾਜਾਈ ਖਾਸ ਤਰੀਕੇ ਨਾਲ ਲਾਉਂਦੇ ਆ ਸਾਰੀ ਇਹ ਜਿਵੇਂ ਆਹ ਸੜਕ ਵਿਹਲੀ ਪਈ ਇੱਧਰ ਹੀ ਪਰ ਤਾਂ ਵੀ ਟ੍ਰੈਫਿਕ ਇੱਕੋ ਲੇਨ 'ਚ ਲੱਗੀ ਜਾਂਦਾ ਅਤੇ ਆਪਾਂ ਇੱਧਰ ਨੂੰ ਜਾਈ ਜਾਂਦੇ ਹਾਂ ਉੱਚੀਆਂ ਉੱਚੀਆਂ ਬਿਲਡਿੰਗਾਂ ਦੇਖੀ ਜਾਂਦੇ ਹਾਂ ਪਰ ਗੱਲਬਾਤ ਇਹ ਵੀ ਹਜੇ ਪਹਿਲਾਂ ਦਿਨ ਆ ਤਾਂ ਕਰਕੇ ਹਿਸਾਬ ਜਿਹਾ ਘੱਟ ਆਈ ਜਾਂਦਾ ਸ਼ਹਿਰ ਦਾ ਨਕਸ਼ਾ ਨੁਕਸ਼ਾ ਲਾ ਕੇ ਆਪਾਂ ਦਿੰਦੇ ਹਾਂ ਗੇੜੇ ਕਿੱਥੇ ਜਾਣਾ ਆਪਾਂ ਨਰਾਇਣ ਡਰਾਈਵ ਆਪਾਂ ਬਾਈ ਆਹ ਚੌਂਕ ਤੋਂ ਮੁੜ ਕੇ ਨਾ ਇੱਕ ਹੱਥ ਅਗਲੇ ਚੌਂਕ ਤੋਂ ਆਪਾਂ ਸੱਜੇ ਮੁੜਾਂਗੇ ਮਹਾਰਾਸ਼ਟਰ ਨੰਬਰ ਦੀਆਂ ਗੱਡੀਆਂ ਪੀਲੀਆਂ ਨਿੱਕੀਆਂ ਨਿੱਕੀਆਂ ਟੈਕਸੀਆਂ ਸਾਰੀਆਂ ਇੱਥੇ ਅਤੇ ਚਲੋ ਭਾਅ ਜੀ ਲਾ ਲਈ ਲੋਕੇਸ਼ਨ ਚਲੋ ਸੋਹਣਾ ਯਾਰ ਸ਼ਹਿਰ ਤਾਂ ਦੇਵ ਸਿੰਘ ਬਾਈ ਉਹਨੇ ਦੱਸਿਆ ਕਹਿੰਦਾ ਵੀ ਸਿੱਧਾ ਜਾਣਾ ਤੁਸੀਂ ਸਿੱਧੀ ਸੜਕ ਕੇ ਸਮੁੰਦਰ ਨੂੰ ਜਾਂਦੀ ਆ ਅਤੇ ਸਮੁੰਦਰ ਦੇ ਨਾਲ ਨਾਲ ਰੋਡ 'ਤੇ ਆਪਾਂ ਮਾੜਾ ਮੋਟਾ ਵੇਖਾਂਗੇ ਸ਼ੁਕਲ ਮੇਲਾ ਠੀਕ ਆ ਭਾਅ ਜੀ
ਆ ਹੈਗਾ ਨਾਰੀਮਨ ਪੁਆਇੰਟ। ਜਿੰਨੀਆਂ ਵੀ ਵੱਡੀਆਂ ਬੈਂਕਾਂ ICICI, ਬੈਂਕ ਆਫ ਮਹਾਰਾਸ਼ਟਰ, ਸਾਰਿਆਂ ਦੇ ਇੱਥੇ ਹੈੱਡਕੁਆਟਰ ਬਣੇ ਹੋਏ ਆ। ਇੱਧਰਲੇ ਪਾਸੇ ਆ ਬਾਈ ਸਾਰੇ ਹਾਂ। ਆਪਾਂ ਸਮੁੰਦਰ ਲੱਭਦੇ ਫਿਰਦੇ ਹਾਂ, ਕਈ ਗਲੀਆਂ ਗੁਲੀਆਂ 'ਚ ਗੇੜੇ ਦੇਲੇ, ਵੱਡੇ ਰਾਹਾਂ ਤੋਂ ਵਾਚੇ ਫਿਰਦੇ ਹਾਂ। ਦੇਵ ਸਿੰਘ ਪੰਜ ਬਾਈ ਸਾਹਿਤਕ ਹੋ ਗਿਆ ਵੀਰ ਤੂੰ। ਆਹ ਜਗ੍ਹਾ ਬੰਬੇ ਦੀ ਮਸ਼ਹੂਰ ਜਗ੍ਹਾ ਮਰਾਈਨ ਡਰਾਈਵ, ਠੀਕ ਆ। ਆਪਾਂ ਸਾਈਕਲ ਠਾਲ ਲਏ ਇੱਥੇ, ਵਾਹਿਗੁਰੂ। ਅਤੇ ਇੱਧਰ ਜਿੱਥੋਂ ਤੱਕ ਵੀ ਨਿਗਾਹ ਪੈਂਦੀ ਆ ਸਾਰੇ ਕਿਤੇ ਅਰਬ ਸਾਗਰ ਆ। ਅਰਬ ਸਾਗਰ ਪਰਲੇ ਪਾਸੇ ਜਾ ਕੇ ਅਰਬ ਦੇਸ਼ਾਂ ਨਾਲ ਲੱਗ ਜਾਂਦਾ, ਮਸਕਟ ਓਮਾਨ ਵਰਗੇ ਦੇਸ਼ਾਂ ਨਾਲ, ਠੀਕ ਆ ਬਾਈ। ਨਹੀਂ ਇਹ ਨਹੀਂ ਲੱਗਦਾ ਬਾਈ, ਅਮਰੀਕਾ ਨਾਲ ਨਹੀਂ ਲੱਗਦਾ, ਇਹ ਇੱਧਰ ਹੀ ਲੱਗਦਾ। ਆਹੋ ਜਿਹੜੇ ਅਰਬ ਕੰਟਰੀ ਆ ਸਾਰੇ ਉਹ ਪੈ ਜਾਂਦੇ ਆ ਬਾਈ ਇਹਨੂੰ। ਅਤੇ ਜਿਹੜੇ ਵੀ ਆਪਣੇ ਵੀਰ ਭਰਾ ਬੰਬੇ ਆਉਂਦੇ ਆ ਉਹਨਾਂ ਦੀ ਫੋਟੋਆਂ ਦੇ ਵਿੱਚ ਆਹ ਪੱਥਰ ਜੇ ਅਣਘੜਤ ਜੇ ਬਹੁਤ ਦੇਖੇ ਹੋਣਗੇ। ਇਹ ਅਸਲ 'ਚ ਮੈਨੂੰ ਐਂ ਲੱਗਦਾ ਇਹ ਨਾ ਉਹ ਆ ਰੋਕ ਲਾਈ ਆ ਪਾਣੀ ਦੀ ਨਾਲ ਵੱਜਣ ਤੋਂ। ਹਾਂ ਅਤੇ ਇਹ ਵੀ ਸੁਣਨ 'ਚ ਆਇਆ ਵੀ ਜਿਵੇਂ ਜਿਵੇਂ ਦੇਵ ਸਿੰਘ ਉਹ ਵਧੀ ਜਾਂਦਾ ਨਾ, ਗਰਮੀ ਵਧੀ ਜਾਂਦੀ ਹੈ ਗਰਮੈਸ਼, ਉਵੇਂ ਉਵੇਂ ਮੁੰਬਈ ਦਾ ਜਿਹੜਾ ਉਹ ਆ ਇਹ ਪਾਣੀ ਤਾਂ ਵੀ ਚੜ੍ਹ ਜਾਂਦਾ। ਜਿਹੜੇ ਮੁੰਬਈ ਦੇ ਟਾਪੂ ਆ ਨਿੱਕੇ ਨਿੱਕੇ ਉਹ ਕਹਿੰਦੇ ਵੀ ਸਮੁੰਦਰ ਦੇ ਵਿੱਚ ਉਹ ਜਾਂਦਾ ਹੋ ਹੀ ਜਾਂਦੇ ਹੌਲੀ ਹੌਲੀ। ਮਰਾਈਨ ਡਰਾਈਵ ਸੋਹਣਾ ਮਾਹੌਲ ਇੱਥੋਂ ਦਾ ਕੁੱਲ ਮਿਲਾ ਕੇ ਪੂਰਾ। ਆਪਣੇ ਸਫ਼ਰਾਂ ਦੇ ਵਿੱਚ ਆਪਾਂ ਬਹੁਤ ਸਾਰੇ ਪਹਾੜ ਦੇਖੇ ਆ, ਜਿੰਨੀਆਂ ਵੀ ਪਹਾੜਾਂ ਵਾਲੀਆਂ ਸਟੇਟਾਂ ਆਪਾਂ ਉੱਤਰਾਖੰਡ ਨੂੰ ਛੱਡ ਕੇ ਸਾਰੀਆਂ ਗਾਈਆਂ, ਸਾਰੇ ਕਿਤੇ ਆਪਾਂ ਵੀਡੀਓ ਬਣਾਈਆਂ, ਸਫ਼ਰ ਕੀਤਾ ਸਾਈਕਲਾਂ 'ਤੇ। ਅਤੇ ਸਮੁੰਦਰ ਨਾਲ ਆਪਣਾ ਪਹਿਲੀ ਵਾਰੀ ਵਾਹ ਪਿਆ ਅਤੇ ਪਹਿਲੀ ਵਾਰੀ ਆਪਾਂ ਸਮੁੰਦਰ ਦੇ ਨੇੜੇ ਆਏ ਹਾਂ ਅਤੇ ਮੁੰਬਈ 'ਚ ਵਿੱਚ ਆ ਕੇ ਇੱਦੋਂ ਗਾਂਹ ਆਪਣਾ ਸਫ਼ਰ ਜਿਹੜਾ ਉਹ ਸਮੁੰਦਰ ਦੇ ਨਾਲ ਨਾਲ ਬਹੁਤਾ ਕਰਾਂਗੇ ਆਪਾਂ। ਇੱਥੋਂ ਜਾਵਾਂਗੇ ਆਪਾਂ ਗੋਆ ਅਤੇ ਗੋਏ ਤੋਂ ਫਿਰ ਆਪਾਂ ਜਾਵਾਂਗੇ ਅੱਗੇ ਕਰਨਾਟਕਾ, ਕੇਰਲਾ, ਗੋਏ ਨਹੀਂ ਸਰ ਗੋਆ, ਗੋਆ ਅਤੇ ਪਾਣੀ ਬਈ ਗੋਆ। ਫਿਰ ਆਪਾਂ ਇਹ ਵੀ ਦੇਖ ਲਓ, ਫੋਨ 'ਚ ਮੈਂ ਚੱਕ ਲੈਂਦਾ ਬੇਬੀ ਦਾ ਹੋਊਗਾ ਕਿਹਦਾ ਹੋਣਾ ਬੰਬੇ ਤੋਂ, ਬੰਬੇ ਤੋਂ ਕੋਚੀ, ਕੋਚੀ ਤੋਂ ਲਕਸ਼ਦੀਪ। ਅੱਜ ਸਵੇਰੇ ਜਿਹੜਾ ਸਵੇਰੇ ਆਪਾਂ ਨੂੰ ਬਾਈ ਮਿਲਿਆ ਸੀ ਉਹਨਾਂ ਨੇ ਦੱਸਿਆ ਸੀ ਕਿਰਾਇਆ ਉਹਦਾ 40-45 ਹਜ਼ਾਰ ਰੁਪਇਆ ਹੁੰਦਾ, ਉਹ ਬਹੁਤ ਵੱਡੀ ਰਕਮ ਆ। ਹਾਂ ਤੇ ਕਹਿਣ ਦਾ ਭਾਵ ਇਹੀ ਸੀ ਆਪਾਂ ਹੁਣ ਕੁਛ ਦਿਨ ਆਪਣਾ ਸਫ਼ਰ ਸਮੁੰਦਰ ਦੇ ਨਾਲ ਨਾਲ ਰਹੂਗਾ, ਕੁਛ ਦਿਨ ਕੀ ਆਪਣਾ ਇਹ ਸਫ਼ਰ ਆਪਾਂ ਲੋਹੜੀ ਤੱਕ ਸਫ਼ਰ ਕਰਨਾ ਇਹ, ਲੋਹੜੀ ਤੋਂ ਲੋਹੜੀ ਵੇਲੇ ਆਪਾਂ ਪੰਜਾਬ ਨੂੰ ਮੁੜਾਂਗੇ, ਉਹਨਾਂ ਚਿਰ ਆਪਾਂ ਰੰਗ ਢੰਗ ਦੇਖਦੇ ਹਾਂ। ਜੁੜੇ ਰਹੋ ਆਪਣੇ ਸਫ਼ਰਾਂ ਦੇ ਨਾਲ, ਅਤੇ ਜਿਹੜੇ ਵੀ ਵੀਰ ਭਰਾ ਹੁਣ ਦੁਬਾਰੇ ਆਪਣਾ ਸਫ਼ਰ ਸ਼ੁਰੂ ਕੀਤਾ ਲੰਮੇ ਸਮੇਂ ਬਾਅਦ, ਤਾਂ ਆਪਣੇ ਰਿਸ਼ਤੇਦਾਰਾਂ ਨੂੰ ਮਿੱਤਰਾਂ ਨੂੰ ਸੁਨੇਹੇ ਲਾ ਦਿਓ। ਇੱਕ ਵਾਰੀ ਨਾ ਯੂਟਿਊਬ ਸੌਂ ਜੇ ਜਾਂਦੀ ਆ, ਸੌਣੀ ਪੈਂਦੀ ਚੁਣੀ ਜਾਣੀ ਵੱਢ ਕੇ, ਉਹ ਇੱਕ ਵਾਰੀ ਭੇਜ ਭੂਜ ਦਿਓ ਚੱਲ ਪੂ ਕੰਮ ਜਾਣਾ। ਬਿਲਕੁਲ ਬਾਈ, ਅਤੇ ਸ਼ੇਅਰ ਸ਼ੁਰੂ ਕਰਦੇ ਰਹੋ। ਸਮੁੰਦਰ ਦੇ ਵਿੱਚ ਆਹ ਬਹੁਤ ਹੁੰਦੇ ਆ, ਆਹ ਕੇਕੜੇ ਜੇ, ਕੇਕੜੇ ਵੀਰ ਹੋਣੀ ਨਿੱਕੇ ਨਿੱਕੇ ਜੇ, ਉਹ ਫਿਰਦੇ ਦੇਵ ਸਿੰਘ। ਇਹੀ ਆ ਬਾਈ ਜਿਹਨਾਂ ਦਾ ਸੀ ਫੂਡ ਬਣਦਾ, ਇਹਨਾਂ ਨੂੰ ਤਲ ਤਲ ਤੋਲ ਕੇ ਖਾਂਦੇ ਆ ਇਹ, ਅਤੇ ਉਹ ਬੇੜੀਆਂ ਆਉਂਦੀਆਂ ਦੇਵ, ਇਹਨਾਂ 'ਤੇ ਵੀ ਝੂਟਾ ਲਵਾਂਗੇ, ਪਰ ਕੱਲ੍ਹ ਨੂੰ ਲਵਾਂਗੇ, ਅੱਜ ਜਾਣਾ ਸੀ ਅਸੀਂ, ਅੱਜ ਜਾ ਨਹੀਂ ਸਕੇ। ਕਾਰਨ ਉਹਦਾ ਇਹ ਵੀ ਕਿਉਂਕਿ ਜਿੱਧਰ ਜਾਣਾ ਸੀ ਐਲੀਫੈਂਟ ਕੇਵਸ ਉਹ ਸੋਮਵਾਰ ਨੂੰ ਬੰਦ ਹੁੰਦੀਆਂ ਨੇ, ਕੱਲ੍ਹ ਨੂੰ ਆਪਾਂ ਉੱਧਰ ਨੂੰ ਗੇੜਾ ਦੇਵਾਂਗੇ। ਇਹ ਜਗ੍ਹਾ 'ਤੇ ਸਾਰਾ ਦਿਨ ਰੌਣਕਾਂ ਲੱਗੀਆਂ ਰਹਿੰਦੀਆਂ, ਖਾਸ ਕਰਕੇ ਸ਼ਾਮ ਨੂੰ, ਜਿਵੇਂ ਚੰਡੀਗੜ੍ਹ ਦੇ ਸੁਖਨਾ ਝੀਲ 'ਤੇ ਰੌਣਕਾਂ ਹੁੰਦੀਆਂ ਉੱਥੇ ਹੀ। ਅਤੇ ਇੱਥੇ ਕਹਿੰਦੇ ਵੀ ਰਾਤ ਨੂੰ ਆ ਕੇ ਤੁਸੀਂ ਦੇਖਿਓ ਮਾਹੌਲ, ਉਦੋਂ ਪੂਰਾ ਪੰਘਰਿਆ ਹੋਊਗਾ, ਆਪਾਂ ਉਦੋਂ ਦੇਖਾਂਗੇ। ਅਤੇ ਹੁਣ ਆਪਾਂ ਚੱਲਦੇ ਹਾਂ ਕਿਸੇ ਚਾਹ ਪਾਣੀ ਵਾਲੇ ਪਾਸੇ ਨੂੰ, ਕੈਫੇ ਕੂਫੇ ਦੇਖਦੇ ਹਾਂ ਕੋਈ ਇੱਥੋਂ ਦਾ। ਆਹ ਸੜਕ 'ਤੇ ਆਪਾਂ ਸਾਈਕਲ ਚਲਾ ਕੇ ਨਜ਼ਾਰੇ ਲੈਂਦੇ ਹਾਂ ਕਿਹੜਾ ਮਰਾਈਨ ਡਰਾਈਵ ਦੇਵ। ਹੁਣ ਆਪਾਂ ਇੱਥੇ ਆਵਾਂਗੇ ਸ਼ਾਮ ਨੂੰ, ਹੁਣ ਸਮੁੰਦਰ ਵੀ ਨਹੀਂ ਦੀਂਦਾ ਸਮਾਰ ਕੇ, ਸਮੁੰਦਰ 'ਤੇ ਰੇਤਾ ਚੜ੍ਹਿਆ ਪਿਆ, ਪਰਾਲੀ ਵਾਲਾ ਧੂੰਆਂ ਇੱਧਰ ਨੂੰ ਆ ਗਿਆ ਦਿੱਲੀ ਟੱਪ ਕੇ, ਰਾਤ ਨੂੰ ਰੌਣਕ ਦੇਖਦੇ ਹਾਂ। ਚੱਲ ਵੀਰ ਇੱਧਰ ਨੂੰ ਮੋੜ ਲਾ। ਦਿੱਲੀ ਇੰਡੀਆ ਦਾ ਸਭ ਤੋਂ ਵੱਡਾ ਸ਼ਹਿਰ ਆ, ਮਹਾਨਗਰ, ਅਤੇ ਦਿੱਲੀ ਤੋਂ ਬਾਅਦ ਦੂਜੇ ਨੰਬਰ 'ਤੇ ਆਉਂਦਾ ਇਹ ਸ਼ਹਿਰ ਮੁੰਬਈ, ਅਤੇ ਖੈਰ ਉਸ ਤੋਂ ਬਾਅਦ ਚੇਨਈ ਵਰਗੇ, ਕਲਕੱਤੇ ਵਰਗੇ ਵੱਡੇ ਮਹਾਨਗਰ ਆ, ਪਰ ਮੁੰਬਈ ਦੀ ਆਬਾਦੀ ਦੂਜੇ ਨੰਬਰ 'ਤੇ ਆ ਭਾਰਤ ਦੇ ਵਿੱਚ ਦਿੱਲੀ ਤੋਂ ਬਾਅਦ। ਪੂਰਾ ਰਸ਼ੀ ਜਿਹਾ ਕੰਮ ਆ ਇੱਥੇ, ਅਤੇ ਦਰਖਤ ਵੀ ਬਹੁਤ ਆ, ਸੋਹਣਾ ਮਾਹੌਲ ਆ ਕੁੱਲ ਮਿਲਾ ਕੇ। ਚਾਹ ਚੂ ਪੀ ਕੇ ਆਪਾਂ ਦੇਖਦੇ ਹਾਂ ਵਾਪਸ ਚੱਲਾਂਗੇ ਆਪਣੇ ਰਹਿਣ ਟਿਕਾਣੇ 'ਤੇ, ਫਿਰ ਸ਼ਾਮ ਨੂੰ ਦੁਬਾਰੇ ਨਿਕਲਾਂਗੇ। ਇੱਥੇ ਗਰਮੀ ਵੀ ਵੱਧ ਆ, ਪੰਜਾਬ 'ਚ ਹੁਣ ਠੰਡ ਆ, ਇੱਥੇ ਗਰਮੀ ਆ।
चाह 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 कॉफी है कॉफी दे दे भीरे फिर नेस कॉफी नेस कैफे की कॉफी लगती यार जी शरीमान नहीं कहता हूं आ होटल के अंग्रेजा ने कब्जा कर लिया दिने दारू प्याला चलता बीर बुर बुरे हाल उतले लैवल की गल बात देव शायद थी फिलहाल सही है शाम का पांच साढ़े पांच का समा हो गया तो आप चले हाँ फिर मराइन ड्राइव वाल शाम का माहौल देखते हैं भीड़ बहुत होंगी इतने पर इन्ना भी सारा ट्रैफिक आदि सिस्टम जो चली जाता है ना खिच तू ही नहीं करते बत्तियां बुत्तियां तो रोकते हैं सारे पास सैकल अपने उत्थे होटल च ही खड़े तो आप मराइन ड्राइव वाल जाने तो आ सस्ता ही समान आ 50 रुपये कहता बाइक का थोड़े तो लूंगा तो है भी उतो घर नेड़े ही 2.5-3 किलोमीटर की वाट से आ फिर सैकल आप ठल गए भी उत्थे आप तुर के देखा नालों नाल माहौल मराइन ड्राइव का आथन का माहौल शानदार है खैर दिने के इतने रौनक एड्डी है नहीं सी इस वेले इतने सारे कितने महफल लगिया हुई हैं सारी आह कंध जी जितों तक भी निगाह पैंती है भरी हुई है उधर देव तोड़ी होए और जिधर जिधर घुकती है ना सी बनती है सारी यदि सारे कितने बैठे है लोग तस्वीरकारियां तो चली जाती हैं सोहना माहौल है खैर इतों का हुण ठंड भी थोड़ी जी ठंड तो खैर है नहीं मौसम दोपहर नालों ठीक है गर्मी घट है हुण जॉगिंग जुगिंग वाला पूरा काम है सुखना लेक वाली गलबात आ देव सिंह की भाई इन्ना भी इतने झील नहीं समुंदर है मुरली देवड़ा चौंक अखबारों के आप हूँ तक मुंबई दिया कुछ खास थावान पढ़ते आए हैं देव सिंह जिमें कि बांद्रा जूहू पवाई थाने का चल रहा जिला ठीक है तो मुंबई यार मुंबई थाने भी बहर रह गया थाना मुंबई च नहीं है असल च आप इन दे देखा बई एक तो आप आही जो कलाबे का इलाका ये मशहूर आ ये देखी जाने तो एक आप बंदर वाले पास गेड़ा देवे जूहू जाहू वाले बाकी जोड़ा अंधेरी तो पवाई वाला वो बंदरा ही है बई बेस्ट बंदरा योजा कुछ आंडा इतें रहा अपना जोड़ा गुरदासपुरों जित के मुड़के मुड़िया नहीं की ना लड़के का सन्नी देवल मनाली रहा अजक मनाली रैश कर ली उन्हें मूव हो गया अड बिड हो गया ना कम मनमोहन बाबा होना की किताब है एक 20,000 मील लंबी यात्रा उन्होंने बहुत सारे देश घूमे सी इतों 1952 की गल है ना देव 1952 दे इतों अपने जहाज के समुद्री जहाज के आपकी वह वैन धर के लेके गए थे इतों वैन तो वैन तो इतों रखी समुद्री जहाज से फिर पहुंचे सी बसरा बसरा बगदाद इराक वो सारी गलबात वो अगली आ कहता भाव भी यह समुद्री बंदरगाह वड्डी है मुंबई तो भारत कई देशों आपका समुद्री बार्डर शेयर करता जिवें पाकिस्तान नाल भी आ बंगलादेश नाल भी आ श्रीलंका नाल तो है ही आ ते अंडेमान निकोबार बार वाले पास थाईलैंड अर्गे देशों भी बार्डर शेयर करता सत्त समुद्री जमीनी हदा लगदियाँ भारत दियाँ होर देशों जिहड़ियां बाकी आह पानी वाली हदा होंदियां ने है ना देव आ है अपना अरब सागर तो श्रीलंका वाले पास रह जाता हों जो उन्होंने कहते इंडियन ओशियन इंडियन समुद्र तो जोड़ा दूजे पास अपने उन्होंने कहते बे ऑफ बंगाल जो अंडेमान वाला बंगाल की खाड़ी ठीक है भाजी ये सारी जानकारी सानू मिली आ भाई बलदेव होना तो हालांकि जाहिर नहीं करते डाउन टू अर्थ जिहड़ा ये इलाका जिथे आप हुण बैठे हाँ यह सारा नारीमन पॉइंट आ नारीमन पॉइंट तो आओ सामने भी अपन बिल्डिंगा दिसी जांदियां मुंबई दियां इत्थे भी खख जी चढ़ी पई आ देव नहीं दिल्ली तो बाद पंजाब वाला तू इत्थे भी आ गया ना जे आप गल करिए जिधर आह लाली आ इधर सारे अरब देश पै जांदे आ ओमान यमन
ਤੇ ਉਦੋਂ ਬਾਅਦ ਥੱਲੇ ਦੱਖਣੀ ਅਫਰੀਕਾ ਵਾਲੇ ਦੇਸ਼ ਰਹਿ ਜਾਂਦੇ ਆ ਬਾਈ, ਤੇ ਇੱਕ ਕਰਾਚੀ ਵੀ ਨੇੜੇ ਪੈਂਦਾ ਇੱਥੋਂ, ਕਰਾਚੀ ਕਰਾਚੀ ਕੋਈ ਬਾਹਲੀ ਦੂਰ ਨਹੀਂ ਇੱਥੋਂ, ਸਮੁੰਦਰੀ ਉਦੋਂ ਉਹ 26-11 ਵਾਲੇ ਇੱਧਰੋਂ ਆਏ ਸੀ ਨਾ ਕਰਾਚੀ ਤੋਂ, ਕਰਾਚੀ ਤੋਂ ਆ ਕੇ ਸਿੱਧਾ ਤੇ ਇੱਥੇ ਪੈ ਗਏ ਟੁੱਟ ਕੇ। ਸਮੁੰਦਰ ਦੇ ਨੇੜੇ ਨੇੜੇ ਹੁੰਮਸ ਹੁੰਦੀ ਆ ਤੇ ਥੋੜ੍ਹੀ ਥੋੜ੍ਹੀ ਹੈਗੀ ਇੱਥੇ ਨਵੀਂ ਹਜੇ ਇਹਦੇ ਵਿੱਚ, ਹਿਊਮਿਡਿਟੀ ਕਹਿੰਦੇ ਆ ਜਿਹਨੂੰ ਅੰਗਰੇਜ਼ੀ 'ਚ। ਆਪਾਂ ਹੁਣ ਇੱਥੋਂ ਵਾਪਸ ਚੱਲਦੇ ਹਾਂ ਆਪਣੇ ਟਿਕਾਣੇ ਵੱਲ, ਕਿਉਂਕਿ ਅੱਜ ਆਪਣਾ ਪਹਿਲਾ ਦਿਨ ਸੀ ਅਤੇ ਤਾਂ ਕਰਕੇ ਥੋੜ੍ਹਾ ਜਿਹਾ ਅਸੀਂ ਵਸੀਰ ਨੂੰ ਥੋੜ੍ਹਾ ਰੈਲਾ ਰੱਖੀਏ, ਕੱਲ੍ਹ ਤੋਂ ਪੀਜਾਂਗੇ। ਕੱਲ੍ਹ ਨੂੰ ਆਪਾਂ ਐਲੀਫੈਂਟ ਕੇਵਸ ਦੇਖਾਂਗੇ ਬਾਈ, ਅਤੇ ਜਿਹੜੀਆਂ ਹੋਰ ਨੇੜੇ ਨੇੜੇ ਦੀਆਂ ਥਾਵਾਂ ਨੇ, ਮਿਊਜ਼ੀਅਮ ਮਿਊਜ਼ੀਅਮ ਉਹ ਸਾਰਾ ਕੁਝ ਦੇਖਾਂਗੇ ਆਪਾਂ ਕੱਲ੍ਹ ਨੂੰ। ਕੱਲ੍ਹ ਨੂੰ ਕਈ ਥਾਵਾਂ ਨੇ ਅਤੇ ਆਪਣੇ ਦੋ ਤਿੰਨ ਦਿਨ ਮੁੰਬਈ 'ਚ ਲੱਗਦੇ ਆ, ਕਿਉਂਕਿ ਬਾਂਦਰਾ ਬੂਦਰਾ ਵਾਲੇ ਜੂਹੂ ਬੀਚ ਵਾਲੇ ਪਾਸੇ ਸਾਰੇ ਕਿਤੇ ਆਪਾਂ ਜਾ ਕੇ ਆਵਾਂਗੇ। ਠੀਕ ਆ, ਗੱਡ ਖਾਨਾ ਇੱਥੇ ਸੁੱਖਣਾ ਸਾਰੇ ਵੱਡਾ, ਕਿਉਂਕਿ ਕਾਰਪੋਰੇਟਾਂ ਵਾਲੀ ਗੱਲਬਾਤ ਆ ਇਹ ਸ਼ਹਿਰ ਦੇ ਵਿੱਚ। ਆਜੋ ਭਾਅ ਜੀ ਚੱਲੀਏ ਫਿਰ ਆਪਾਂ, ਬਿਲਡਿੰਗਾਂ ਦੇਖ ਇੱਧਰ ਨੂੰ। ਕਿਵੇਂ ਹੁੰਦੇ ਨਾ ਵੀ ਕਿਸੇ ਵੀ ਉਹਨੂੰ ਇਲਾਕੇ ਨੂੰ ਦੇਖਣਾ ਹੋਵੇ ਨਾ ਦੇਵ, ਉਹਨੂੰ ਸਾਰੀਆਂ ਰੁੱਤਾਂ 'ਚ ਵੇਖਣਾ ਚਾਹੀਦਾ। ਜਿਵੇਂ ਲੇਹ ਆ, ਆਪਾਂ ਗਰਮੀ 'ਚ ਵੇਖਿਆ ਉੱਥੇ ਭਲਾ ਠੰਡ ਸੀ, ਕਈ ਲੋਕ ਸਿਆਲ 'ਚ ਵੀ ਦੇਖਣ ਜਾਂਦੇ ਆ ਸਾਰੀਆਂ ਰੁੱਤਾਂ 'ਚ। ਉਸੇ ਤਰ੍ਹਾਂ ਆਹ ਰਾਹ ਪਹਿਲਾਂ ਅਸੀਂ ਸਾਈਕਲ 'ਤੇ ਕਰਕੇ ਗਏ ਹਾਂ ਅਤੇ ਹੁਣ ਤੁਰ ਕੇ, ਖੱਜਲ ਖੁਆਰੀ ਇਹ ਹੋਈ ਵੀ ਭੁੱਲ ਗਏ ਸੀਗੇ ਰਾਹ, ਹੁਣ ਅੱਗੋਂ ਫਿਰ ਮੁੜ ਕੇ ਆਏ ਸਮੁੰਦਰ ਕੋਲੋਂ। ਮੇਲਾ ਲੱਗ ਗਿਆ ਬਾਈ ਇੱਥੇ ਰਾਤੋਂ ਰਾਤ, ਆਓ ਜਵਾ। ਇਹ ਰਾਹ ਬੰਦ ਆ ਨਾ ਤਾਂ ਕਰਕੇ ਸਾਰੀਆਂ ਥਾਵਾਂ ਦੇਖਣ ਵਾਲੀਆਂ, ਗੇਟਵੇ ਆਫ ਇੰਡੀਆ ਤੇ ਸਾਰਾ ਪੁਰਾਣੇ ਮਿਊਜ਼ੀਅਮ ਹੈਗੇ ਜਾਂ ਹੋਰ ਕਿਸੇ, ਸਾਰੀ ਇਸ ਏਰੀਆ ਦੇ ਵਿੱਚ ਹੀ ਹੈਗੀਆਂ, ਬਾਕੀ ਮੋਬਾਈਲ ਤੇ ਬਸੋ ਆ ਸਾਰੇ ਕਿਤੇ। ਟੱਪੋ 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 ਵੱਡੇ ਸ਼ਹਿਰਾਂ 'ਚ ਇਹਨਾਂ ਦੀ ਵਰਤੋਂ ਹੁੰਦੀ ਆ ਅਸਲ 'ਚ, ਫੁੱਟਪਾਥਾਂ ਦੀ, ਆਹ ਦੂਜਿਆਂ ਦੀ ਜੈਬਰਾ ਕ੍ਰੋਸਿੰਗ ਦੀ ਹੈ ਤਾਂ ਰੌਣਕ ਵਾਲਾ ਕੰਮ ਕਰ ਪੂਰੇ। ਉਹ ਕ੍ਰਿਕਟ ਗਰਾਊਂਡ ਆ ਦੇ ਕੋਈ ਬਾਈ ਇੱਥੋਂ ਦਾ। ਆਪਣੇ ਜਿੰਨੇ ਵੀ ਸਫ਼ਰ ਹੁੰਦੇ ਆ ਆਪਣੇ ਸਾਰੇ ਵਿਉਂਤੇ ਹੁੰਦੇ ਆ ਪਹਿਲਾਂ, ਜਿਵੇਂ ਸਾਨੂੰ ਪਤਾ ਸੀ ਵੀ ਦੱਖਣ ਭਾਰਤ ਦੇ ਵਿੱਚ ਗਰਮੀ ਹੁੰਦੀ ਆ ਅਤੇ ਨਵੰਬਰ ਦਸੰਬਰ ਦੇ ਵਿੱਚ ਮੌਸਮ ਇੱਧਰ ਠੀਕ ਹੁੰਦਾ, ਤਾਂ ਕਰਕੇ ਇਹ ਮੌਸਮ ਪਹਿਲਾਂ ਹੀ ਮਿਥਿਆ ਹੋਇਆ ਸੀਗਾ। ਜਦੋਂ ਅਸੀਂ ਨੌਰਥ ਈਸਟ ਵਿੱਚ ਸੀ ਉਦੋਂ ਮਿੱਥੇ ਸੀ ਵੀ ਨਵੰਬਰ ਦਸੰਬਰ ਦੇ ਵਿੱਚ ਆਪਾਂ ਦੱਖਣ ਭਾਰਤ ਦਾ ਸਫ਼ਰ ਕਰਾਂਗੇ, ਅਤੇ ਸੋ ਆਪਾਂ ਉਹ ਸਫ਼ਰ 'ਤੇ ਨਿਕਲੇ ਹਾਂ। ਮਾਲਕ ਹੱਥ ਡੂਰਾਂ ਹੁੰਦੀਆਂ ਸਾਰੀਆਂ, ਬੰਦਾ ਸ਼ੁਰੂ ਆਪਦੀ ਮਰਜ਼ੀ ਨਾਲ ਕਰਦਾ, ਬਾਕੀ ਬਾਬਿਆਂ ਹੱਥ ਹੁੰਦਾ ਵੀ ਕਿਵੇਂ ਨਿਬੜਦਾ ਕੀ ਗੱਲਬਾਤ ਹੁੰਦੀ ਹੈ, ਪਰ ਸੋਹਣੇ ਰਹੇ ਆਪਣੇ ਹੁਣ ਤੱਕ ਦੇ ਸਾਰੇ ਸਫ਼ਰ। ਅਤੇ ਇਹ ਆਪਣਾ 7th-8th ਵੱਡਾ ਸਫ਼ਰ ਆ ਇਹ, ਅਤੇ ਇਹ ਸਫ਼ਰ ਦੇ ਵਿੱਚ ਤੁਸੀਂ ਜੁੜੇ ਰਹੋ ਆਪਣੇ ਨਾਲ। ਕੱਲ੍ਹ ਨੂੰ ਆਪਾਂ ਬੰਬਈ ਦੇ ਵਿੱਚ ਜਿਹੜੇ ਨੇੜੇ ਤੇੜੇ ਦੀਆਂ ਮਸ਼ਹੂਰ ਥਾਵਾਂ ਨੇ ਉਹ ਦੇਖਾਂਗੇ, ਜਿਵੇਂ ਇੱਥੇ ਆਪਾਂ ਐਲੀਫੈਂਟਾ ਕੇਵਸ ਆ, ਇੱਕ ਟਾਪੂ ਆ ਨਿੱਕਾ ਜਿਹਾ ਇਹਦੇ ਨੇੜੇ ਹੀ, ਬੰਬੇ ਦੇ ਨੇੜੇ। ਅਸਲ ਦੇ ਵਿੱਚ ਬੰਬੇ ਦੇ ਨੇੜੇ ਨੇੜੇ ਬਹੁਤ ਸਾਰੇ ਨਿੱਕੇ ਨਿੱਕੇ ਟਾਪੂ ਆ, ਅਤੇ ਜਦੋਂ ਆਪਾਂ ਨਕਸ਼ੇ ਨੂੰ ਗੂਗਲ ਮੈਪਸ ਨੂੰ ਜੂਮ ਕਰਕੇ ਦੇਖਦੇ ਤਾਂ ਪਤਾ ਲੱਗਦਾ ਵੀ ਮੁੰਬਈ ਆਪਦੇ ਆਪ 'ਚ ਵੀ ਇੱਕ ਟਾਪੂ ਆ, ਜਿਹੜਾ ਆਸੇ ਪਾਸੋਂ 4-5 ਪੁਲਾਂ ਦੇ ਨਾਲ ਹੋਰ ਧਰਤੀ ਦੇ ਨਾਲ ਇੰਡੀਆ ਨਾਲ ਜੁੜਿਆ ਹੋਇਆ। ਉਸੇ ਤਰ੍ਹਾਂ ਥੱਲੇ ਨੂੰ ਜਾਂਦੇ ਜਾਂਦੇ ਆਪਾਂ ਜਦੋਂ ਇੰਡੀਆ ਥੱਲੇ ਨੂੰ ਜਾਵਾਂਗੇ, ਗੋਆ, ਕੇਰਲਾ, ਕਰਨਾਟਕ, ਉੱਧਰ ਆਪਾਂ ਵੇਖਾਂਗੇ ਵੀ ਬਹੁਤ ਸਾਰੀ ਥਾਂ 'ਤੇ ਆਪਾਂ ਫੇਰੀ 'ਤੇ ਚੜ੍ਹਿਆ ਕਰਾਂਗੇ ਸਮੁੰਦਰੀ ਬੇੜਿਆਂ 'ਤੇ ਨਿੱਕੀਆਂ 'ਤੇ। ਅਤੇ ਮਿਲਦੇ ਆਪਾਂ ਕੱਲ੍ਹ ਨੂੰ ਨਵੇਂ ਸਫ਼ਰ, ਨਵੀਂ ਵੀਡੀਓ, ਨਵੇਂ ਰਾਹਾਂ, ਨਵੇਂ ਲੋਕਾਂ ਦੇ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨਾ ਸਫ਼ਰ ਕਰਨ ਲਈ, ਕਿਉਂਕਿ ਆਪਾਂ ਵੀਡੀਓ ਸਿਰਫ ਉਦੋਂ ਪਾਉਣੇ ਜਦੋਂ ਸਫ਼ਰਾਂ ਦੇ ਵਿੱਚ ਹੁੰਦੇ ਹਾਂ, ਹੋਰ ਵੀਡੀਓ ਸਾਨੂੰ ਪਾਉਣੀਆਂ ਚੰਗੀਆਂ ਲੱਗਦੀਆਂ ਬਿਨਾਂ ਗੱਲੋਂ। ਥੋੜ੍ਹਾ ਜਿਹਾ ਹੁੰਦਾ ਵੀ ਚੀਜ਼ ਜਿਹਦੇ ਤੋਂ ਹੋਵੇ ਕੋਈ ਕੰਟੈਂਟ ਆਪਾਂ ਉਦੋਂ ਦਿਖਾਈਏ। ਅਤੇ ਸ਼ੁਕਰਗੁਜ਼ਾਰ ਹਾਂ ਤੁਹਾਡੇ ਸਾਰੇ ਭੈਣਾਂ ਭਰਾਵਾਂ ਦੇ, ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਸਭ ਕੁਛ ਕਰਦੇ ਰਹੋ, ਅਤੇ ਆਪਣੇ ਮਿੱਤਰਾਂ ਪਿਆਰਿਆਂ ਨੂੰ ਸੁਨੇਹੇ ਜ਼ਰੂਰ ਲਾਇਓ ਵੀ ਸਫ਼ਰਾਂ 'ਤੇ ਨਿਕਲੇ ਹੋਏ ਅਸੀਂ ਅਤੇ ਵੀਡੀਓ ਦੇਖਦੇ ਰਹਿਣਾ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਬੁਲਾ ਰਹੀ।